ਦਰਸ਼ਕੋ, ਕਰਤਾਰਪੁਰ ਕੋਰੀਡੋਰ ਖੁੱਲ੍ਹੇ ਨੂੰ ਅੱਜ ਪੂਰਾ ਇੱਕ ਮਹੀਨਾ ਹੋ ਗਿਆ। 9 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇੱਧਰੋਂ ਡੇਰਾ ਬਾਬਾ ਨਾਨਕ ਤੋਂ ਉੱਧਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਹਨਾਂ ਨੇ ਇਨੋਗਰੇਸ਼ਨ ਕੀਤੀ ਸੀ। ਪਰ ਬੜੇ ਅਫਸੋਸ ਦੀ ਗੱਲ ਹੈਗੀ ਆ ਵੀ ਇੱਕ ਮਹੀਨੇ ਬਾਅਦ ਵੀ ਜਿਹੜਾ ਕਿ ਲਗਭਗ ਪੂਰੀ ਤਰ੍ਹਾਂ ਪਿਕਅਪ ਹੋ ਜਾਣਾ ਚਾਹੀਦਾ ਸੀ ਕੋਰੀਡੋਰ, ਅਜੇ ਤਾਈਂ ਬੜੀ ਮਤਲਬ ਸਲੋ ਪ੍ਰੋਗਰੈਸ ਹੈਗੀ ਆ। ਇਹਦੇ ਕਈ ਰੀਜ਼ਨਸ ਹੁਣ ਤਾਂ ਆਈਡੈਂਟੀਫਾਈ ਕੀਤੇ ਹੈਗੇ ਆ, ਜਿੰਨੇ ਕੁ ਲੋਕਾਂ ਨੇ ਇੰਟਰਵਿਊ ਕੀਤੇ ਇਸ ਪ੍ਰੋਗਰਾਮ ਵਿੱਚ ਵੀ ਤੁਸੀਂ ਦੇਖੋਗੇ। ਇੱਕ ਤਾਂ ਲੋਕ ਚਾਹੁੰਦੇ ਆ ਵੀ ਪਾਸਪੋਰਟ ਦੀ ਕੰਡੀਸ਼ਨ ਬਿਲਕੁਲ ਵੇਵ ਆਫ ਹੋਵੇ। ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਸੀ ਵੀ ਉਹਨਾਂ ਨੂੰ ਪਾਸਪੋਰਟ ਨਹੀਂ ਚਾਹੀਦਾ ਹੈਗਾ, ਕੋਈ ਵੀ ਜਿਹੜੀ ਹੈਗੀ ਆ ਆਈ ਡੀ ਦਿਖਾ ਕੇ ਐਂਟਰੀ ਲੈ ਸਕਦਾ ਹੈਗਾ। ਪਰ ਇੰਡੀਅਨ ਸਾਈਟ 'ਤੇ ਅਜੇ ਉਹ ਪਾਸਪੋਰਟ ਦਾ ਜਿਹੜਾ ਵੈਬਸਾਈਟ ਆ ਈਮੇਲ ਜਦੋਂ ਔਨਲਾਈਨ ਕਰਦੇ ਹੈਗੇ ਉਹ ਕੰਡੀਸ਼ਨ ਉੱਦਾਂ ਦੀ ਉੱਦਾਂ ਹੀ ਬਰਕਰਾਰ ਹੈਗੀ। ਦੂਸਰਾ, ਜਿਹੜੇ ਜ਼ਿਆਦਾ ਸ਼ਰਧਾਲੂ ਚਾਹੁੰਦੇ ਹੈਗੇ ਆ, ਆਧਾਰ ਕਾਰਡ ਲਗਭਗ ਹਰ ਇੱਕ ਸ਼ਰਧਾਲੂ ਕੋਲ ਹੈਗਾ, ਉਹਦੇ 'ਤੇ ਆਧਾਰ ਕਾਰਡ 'ਤੇ ਅਲਾਓ ਹੋ ਜਾਵੇ ਤਾਂ ਫਿਰ ਜਿਹੜਾ ਹੈਗਾ ਬਹੁਤ ਜਲਦੀ ਅਤੇ ਜ਼ਿਆਦਾ ਪਿਕਅਪ ਹੋ ਸਕਦਾ ਹੈਗਾ। ਫਿਰ ਤੀਸਰਾ ਹੈਗਾ ਵੀ ਜਿਹੜੇ ਕਿਤੇ ਕਿਤੇ ਜਿਹੜੇ ਹੈਗੇ ਇਕੱਲੇ ਇਕੱਲੇ ਲੋਕਾਂ ਦੇ ਪਾਸਪੋਰਟ ਬਣੇ ਹੋਏ ਹੈਗੇ, ਕਿਸੇ ਦੀ ਵਾਈਫ ਦਾ ਨਹੀਂ ਹੈਗਾ, ਕਿਸੇ ਦੇ ਬੱਚਿਆਂ ਦਾ ਨਹੀਂ ਹੈਗਾ, ਅਤੇ ਉਹ ਫਿਰ ਜਿੰਨੀ ਦੇਰ ਤਾਈਂ ਸਾਰਿਆਂ ਮੈਂਬਰਾਂ ਦੇ ਪਾਸਪੋਰਟ ਨਹੀਂ ਬਣਦੇ ਹੈਗੇ ਅਤੇ ਨੈਚੁਰਲੀ ਫੈਮਿਲੀ ਜਾਣਾ ਚਾਹੇਗੀ ਤਦ ਇਹ ਪਿਕਅਪ ਹੋਏਗਾ। ਚੌਥਾ ਜਿਹੜਾ ਹੈਗਾ, ਲੋਕ ਕੰਪਲੇਂਟ ਕਰਦੇ ਹੈਗੇ ਆ ਜਦੋਂ ਜਿਹੜੀ ਹੈਗੀ ਬੁਕਿੰਗ ਦੀ ਈਮੇਲ ਸੰਬੰਧੀ ਕੋਈ ਜਾਣਕਾਰੀ ਲੈਂਦੇ ਆ ਜਾਂ ਕੋਈ ਹੋਰ ਹੈਗੇ, ਉੱਧਰੋਂ ਤਸੱਲੀ ਬਖਸ਼ ਜਵਾਬ ਨਹੀਂ ਆਉਂਦਾ ਹੈਗਾ ਇੱਦਾਂ ਦੇ। ਫਿਰ ਚੌਥਾ, ਪੰਜਾਬ ਦੇ ਪੋਲੀਟੀਸ਼ੀਅਨ ਜਿਹੜੇ ਹੈਗੇ ਉਹ ਵੀ ਇਹਦੇ ਬਾਰੇ ਬਹੁਤਾ ਬੋਲਦੇ ਨਹੀਂ। ਹੁਣ ਇੱਕ ਲੇਟੈਸਟ ਖਬਰ ਹੈ, ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੇ 1380 ਸ਼ਰਧਾਲੂ। ਕਰਤਾਰਪੁਰ ਸਾਹਿਬ ਦਾ ਲਾਂਘੇ ਨੂੰ ਖੁੱਲ੍ਹੇ ਤੁਹਾਨੂੰ ਦੱਸਿਆ ਹੈਗਾ ਇੱਕ ਮਹੀਨਾ ਹੋ ਗਿਆ, ਪਰ ਗੁਰਦੁਆਰਾ ਸਾਹਿਬ ਜਾਣ ਲਈ ਸ਼ਰਧਾਲੂਆਂ ਦੀ ਗਿਣਤੀ ਹੁਣ ਤੱਕ 1700 ਤੋਂ ਵੱਧ ਨਹੀਂ ਸਕੀ। ਅੰਦਾਜ਼ਾ ਲਗਾਇਆ ਗਿਆ ਜਾ ਰਿਹਾ ਸੀ ਕਿ ਸ਼ਾਇਦ ਹਫ਼ਤੇ ਦੇ ਅਖੀਰ 'ਤੇ ਯਾਨੀ ਸੈਚਰਡੇ ਦੇ ਸੰਡੇ ਇਹ ਗਿਣਤੀ ਵੱਧ ਜਾਇਆ ਕਰੇਗੀ, ਪਰ ਇਹ ਗਿਣਤੀ ਇਸ ਐਤਵਾਰ ਵਧਣ ਦੀ ਬਜਾਏ ਪਿਛਲੇ ਐਤਵਾਰ ਨਾਲੋਂ ਘੱਟ ਕੇ 1380 ਰਹਿ ਗਈ, ਜੋ ਕਿ ਬਹੁਤ ਨਿਰਾਸ਼ਾਜਨਕ ਹੈਗੀ ਆ। ਤੁਹਾਨੂੰ ਪਤਾ ਹੈ ਦੋਨਾਂ ਦੇਸ਼ਾਂ ਵਿਚਾਲੇ ਐਗਰੀਮੈਂਟ 5000 ਸ਼ਰਧਾਲੂਆਂ ਦਾ ਹੋਇਆ ਹੈਗਾ, ਪਰ ਅਜੇ ਤਾਈਂ ਮਤਲਬ 5000 ਤਾਂ ਕੀ ਆ, ਮਤਲਬ ਇਹਦੀ 1/4 ਤੱਕ ਲਗਭਗ ਇਹ ਗਿਣਤੀ ਹੈ, ਕਈ ਵਾਰੀ ਤਾਂ 1/4 ਤੋਂ ਵੀ ਘੱਟ ਰਹਿੰਦੀ ਹੈਗੀ ਆ। ਸ਼ਰਧਾਲੂਆਂ ਦਾ ਕਹਿਣਾ ਹੈਗਾ ਇਹਦਾ ਮੁੱਖ ਕਾਰਨ ਰਜਿਸਟ੍ਰੇਸ਼ਨ ਦੀ ਪੇਚੀਦਾ ਪ੍ਰਕਿਰਿਆ ਹੈਗੀ, ਅਤੇ ਦੂਸਰਾ ਜਿਹੜਾ ਹੈਗਾ ਸ਼ਨਾਖਤੀ ਕਾਰਡ ਪਾਸਪੋਰਟ ਦਾ ਜਿਹੜਾ ਹੈਗਾ, ਤੀਸਰਾ ਗੱਲ ਹੈਗੀ ਗ੍ਰਹਿ ਵਿਭਾਗ ਦੇ ਰਵੱਈਏ ਤੋਂ ਦੁਖੀ ਨੇ ਸ਼ਰਧਾਲੂ। ਲੋਕਾਂ ਦਾ ਕਹਿਣਾ ਕਿ ਬਿਲਕੁਲ ਸਹੀ ਜਾਣਕਾਰੀ ਨਾਲ ਰਜਿਸਟ੍ਰੇਸ਼ਨ ਫਾਰਮ ਪੂਰਾ ਭਰਿਆ ਜਾਂਦਾ, ਉਸ ਤੋਂ ਬਾਅਦ ਪੁਲਿਸ ਜਾਂਚ ਵੀ ਮੁਕੰਮਲ ਹੁੰਦੀ ਆ, ਪਰ ਪੁਲਿਸ ਜਾਂਚ ਦੇ ਬਾਅਦ ਵੀ ਯਾਤਰਾ ਤੋਂ 4 ਦਿਨ ਪਹਿਲਾਂ ਜੋ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈਗੀ ਆ, ETA ਫਾਰਮ ਨਹੀਂ ਨਿਕਲਦਾ ਹੈਗਾ। ਸਾਰੀਆਂ ਜ਼ਰੂਰੀ ਕਾਰਵਾਈਆਂ ਮੁਕੰਮਲ ਹੋਣ ਦੇ ਬਾਵਜੂਦ ਯਾਤਰਾ ਦੀ ਪ੍ਰਵਾਨਗੀ ਨਾ ਆਉਣ ਦਾ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਕਾਰਨ ਨਹੀਂ ਦੱਸਿਆ ਜਾਂਦਾ। ਸਹਾਇਤਾ ਵਿੱਚ ਦਿੱਤਾ ਗਿਆ ਮੋਬਾਈਲ ਨੰਬਰ ਕੇਵਲ 11 ਵਜੇ ਤੋਂ 5 ਵਜੇ ਤੱਕ ਚਾਲੂ ਰਹਿੰਦਾ, ਉਸ ਤੋਂ ਬਾਅਦ ਬੰਦ ਹੋ ਜਾਂਦਾ ਹੈਗਾ। ਅੰਤਰਰਾਸ਼ਟਰੀ ਅਤੇ ਹੋਰ ਮੁੱਦਿਆਂ ਲਈ ਜਾਰੀ ਲੈਂਡਲਾਈਨ ਨੰਬਰ ਦਾ ਕਿਸੇ ਵੱਲੋਂ ਚੁੱਕਿਆ ਨਹੀਂ ਜਾਂਦਾ ਹੈਗਾ। ਵੈਬਸਾਈਟ 'ਤੇ ਦਿੱਤੀ ਈਮੇਲ ID 'ਤੇ ਕੀਤੀ ਗਈ ਕਿਸੇ ਵੀ ਮੇਲ ਦਾ ਨਾ ਤਾਂ ਜਵਾਬ ਦਿੱਤਾ ਜਾਂਦਾ ਹੈ, ਨਾ ਹੀ ਭੇਜੀ ਗਈ ਕਿਸੇ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈਗਾ। ਵੈਬਸਾਈਟ 'ਤੇ ਦਿੱਤੇ ਗਏ ਸੰਪਰਕ ਨੰਬਰਾਂ ਅਤੇ ਈਮੇਲ ID 'ਤੇ ਪੁੱਜੀਆਂ
ਮਿਸ ਕਾਲਾਂ ਦਾ ਜੇ ਇਹਦੀ ਜਾਂਚ ਕਰਾਈ ਜਾਏਗੀ ਤਾਂ ਤੁਹਾਨੂੰ ਇਹਦਾ ਜਿਹੜਾ ਗ੍ਰਹਿ ਵਿਭਾਗ ਦਾ ਜਿਹੜਾ ਇਹਦੀ ਸਥਿਰਤਾ ਦਾ ਪਰਦਾ ਫਾਸ਼ ਹੋ ਜਾਏਗਾ, ਇਹ ਸ਼ਰਧਾਲੂਆਂ ਦਾ ਕਹਿਣਾ ਹੈਗਾ। ਮਤਲਬ ਇਸ ਹਿਸਾਬ ਨਾਲ ਆਮ ਸ਼ਰਧਾਲੂਆਂ ਵਿੱਚ ਨਿਰਾਸ਼ਾ ਹੀ ਨਿਰਾਸ਼ਾ ਹੀ ਝਲਕਦੀ ਹੈਗੀ ਆ। ਸੋ ਇਹ ਜ਼ਰੂਰਤ ਹੈਗੀ, ਇਹਨੂੰ ਸਾਰੀ ਪ੍ਰਕਿਰਿਆ ਨੂੰ ਸਰਲ ਕਰਨ ਦੀ ਲੋੜ ਹੈਗੀ ਆ। ਨਾਲ ਹੀ ਸ਼ਰਧਾਲੂਆਂ ਦੇ ਇਹ ਵੀ ਕਹਿਣਾ, ਸਰਕਾਰ ਵੱਲੋਂ ਜ਼ਿਲ੍ਹਾ ਪੱਧਰੀ ਬਣਾਏ ਨੋਡਲ ਅਫਸਰ, ਰਜਿਸਟਰੇਸ਼ਨ ਤੋਂ ਬਾਅਦ ਕੋਈ ਵੀ ਜਾਣਕਾਰੀ ਦੇਣ ਤੋਂ ਸੱਖਣੇ ਹਨ, ਉਹਨਾਂ ਨੂੰ ਵੀ ETA ਫਾਰਮ ਬਾਰੇ ਜਾਣਕਾਰੀ ਬਿਲਕੁਲ ਨਹੀਂ ਹੁੰਦੀ। ਸ਼ਰਧਾਲੂਆਂ ਦੀ ਮੰਗ ਆ, ਜਦੋਂ 4 ਦਿਨ ਪਹਿਲਾਂ ETA ਫਾਰਮ ਭੇਜਿਆ ਜਾਂਦਾ ਹੈਗਾ, ਜਿਨ੍ਹਾਂ ਸ਼ਰਧਾਲੂਆਂ ਨੂੰ ਨਹੀਂ ਭੇਜਣਾ ਨਹੀਂ ਜਾਣਾ, ਉਹਨਾਂ ਨੂੰ ਵੀ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਸੰਬੰਧੀ ਔਕੜਾਂ ਨੂੰ ਠੀਕ ਕਰਨ ਲਈ ਸਰਕਾਰ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ, ਸਰਕਾਰ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਦੀ। ਸੋ ਇਹਦੇ ਬਾਰੇ ਜਿਹੜੇ ਪੋਲੀਟੀਕਲ ਲੀਡਰ ਆ, ਸ਼੍ਰੋਮਣੀ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ, ਸਟੇਟ ਦੇ ਲੀਡਰਾਂ ਨੂੰ ਜਾਂ ਪੰਜਾਬ ਦੇ MP ਦੇ ਆ, ਉੱਥੇ ਲੋਕ ਸਭਾ ਵਿੱਚ ਇਹਨਾਂ ਨੂੰ ਮੁੱਦਾ ਉਠਾਉਣਾ ਚਾਹੀਦਾ। ਅਗਲੀ ਖਬਰ ਹੈ, US ਡਾਕਟਰ ਪੈਨ ਬੁੱਕ ਔਨ ਸਿੱਖ ਹੈਰੀਟੇਜ ਸਾਈਟਸ ਇਨ ਪਾਕਿਸਤਾਨ। ਬਹੁਤ ਅੱਛੀ ਗੱਲ ਹੈ, ਇਹ ਇੱਕ ਡੈਂਟਲ ਸਰਜਨ ਹੈਗੇ ਆ US ਵਿੱਚ, ਇਹਨਾਂ ਦਾ ਨਾਂ ਹੈਗਾ ਡਾਕਟਰ ਦਲਵੀਰ ਸਿੰਘ ਪੰਨੂ। ਇਹਨਾਂ ਨੇ 10 ਸਾਲ ਦੀ ਬੜੀ ਮਤਲਬ ਬੜੀ ਜ਼ਿਆਦਾ ਮਿਹਨਤ ਕੀਤੀ ਹੈਗੀ। ਸਿੱਖ ਹੈਰੀਟੇਜ ਸਾਈਟਸ ਇਨ ਪਾਕਿਸਤਾਨ ਹੈਵ ਬੀਨ ਇਨ ਪੂਅਰ ਸਟੇਟ ਓਵਿੰਗ ਟੂ ਦਾ ਲੈਕ ਆਫ ਅਵੇਅਰਨੈਸ ਅਬਾਊਟ ਦੇਅਰ ਰਿਲੀਜੀਅਸ ਸਿਗਨੀਫਿਕੈਂਸ, ਕਿਉਂਕਿ ਉਹ ਪਾਕਿਸਤਾਨ ਦੇ ਲੋਕਾਂ ਨੂੰ ਪਤਾ ਨਹੀਂ ਹੈਗਾ ਇਹਨਾਂ ਦੀ ਸਿਗਨੀਫਿਕੈਂਸ ਕੀ ਹੈਗੀ। ਦਿਸ ਵਾਜ ਅਬਜ਼ਰਵਡ ਬਾਈ US ਬੇਸਡ ਡੈਂਟਿਸਟ ਡਾਕਟਰ ਦਲਵੀਰ ਸਿੰਘ ਪੰਨੂ ਐਂਡ ਹਿਜ਼ ਟੀਮ ਡਿਊਰਿੰਗ ਹਿਜ਼ ਡੈਕਡ ਲੋਂਗ ਫੀਲਡ ਵਰਕ ਐਕਸਪਲੋਰਿੰਗ ਦਾ ਹੈਰੀਟੇਜ ਸਾਈਟਸ ਲੋਂਗ ਵਿਦ ਐਨਾਲਾਈਜ਼ਿੰਗ ਦਾ ਮਲਟੀਪਲ ਜਨਮ ਸਾਖੀ ਦੀ। ਜਨਮ ਸਾਖੀ ਬਹੁਤ ਸਾਰੀਆਂ ਲਿਖੀਆਂ, ਭਾਈ ਬਾਲਾ ਨੇ ਵੀ ਲਿਖੀ ਹੈਗੀ ਆ, ਉਹਦਾ ਬੇਸਿਸ ਲੈ ਕੇ ਇਹਨੇ ਜੋ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਸੰਸਥਾਵਾਂ ਥਾਵਾਂ ਹੈਗੀਆਂ। ਇਸ ਤਰ੍ਹਾਂ ਟੂ ਸੈਂਸਟਿਵ ਪਾਕਿਸਤਾਨ ਨੇਟਿਵ ਸਪੈਸ਼ਲੀ ਸਟੂਡੈਂਟਸ ਅਬਾਊਟ ਦਾ ਰਿਚ ਸਿੱਖ ਹੈਰੀਟੇਜ, ਡਾਕਟਰ ਪੰਨੂ ਰੋਟ ਏ ਬੁੱਕ ਇੰਟਾਈਟਲਡ ਸਿੱਖ ਹੈਰੀਟੇਜ ਬਿਯੋਂਡ ਬਾਰਡਰ। ਆਫਟਰ ਗੈਟਿੰਗ ਏ ਨੈਗੇਟਿਵ ਫੀਡਬੈਕ ਫਰੋਮ ਹਿਜ ਪੇਸ਼ੈਂਟਸ ਫਰੋਮ ਪਾਕਿਸਤਾਨ, ਹੀ ਡਿਸਾਈਡਡ ਟੂ ਐਕਸਪਲੋਰ ਦੀਜ਼ ਸਾਈਟਸ। ਹੀ ਇੰਗੇਜਡ ਏ ਪ੍ਰੋਫੈਸ਼ਨਲ ਟੀਮ ਆਫ ਫੋਟੋਗ੍ਰਾਫਰਸ ਫਰੋਮ ਪਾਕਿਸਤਾਨ ਟੂ ਗੈਟ ਡਰੋਨ ਫੋਟੋਗ੍ਰਾਫੀ ਐਂਡ ਵੀਡੀਓਗ੍ਰਾਫੀ ਆਫ ਦਾ ਆਈਡੈਂਟੀਫਾਈਡ ਸਾਈਟਸ। ਦਾ ਫਸਟ ਵੋਲੀਅਮ ਆਫ ਦਾ 416 ਪੇਜ ਬੁੱਕ ਇਨ ਇੰਗਲਿਸ਼ ਵਿਦ ਪਿਕਟੋਰੀਅਲ ਡਿਸਕ੍ਰਿਪਸ਼ਨ ਕੰਟੇਨ ਡਿਟੇਲਸ ਆਫ 84 ਹੈਰੀਟੇਜ ਸਾਈਟਸ। ਇਹ ਗੁਰੂ ਨਾਨਕ ਨਾਲ ਸੰਬੰਧਿਤ ਸਾਈਟਸ ਹੈਗੀਆਂ। ਆਓ ਸ਼ਰਧਾਲੂਆਂ ਦੇ ਵਿਚਾਰ। ਭਾਈ ਸਾਹਿਬ ਕੀ ਨਾਂ ਤੁਹਾਡਾ? ਮੇਰਾ ਨਾਂ ਜੀ ਗੁਰਭੇਜ ਸਿੰਘ। ਗੁਰਭੇਜ ਸਿੰਘ, ਕਿੱਥੋਂ ਆਏ ਭਾਈ ਸਾਹਿਬ? ਇਹ ਕਿੱਥੇ ਗਿਆ? ਫਤਿਹਗੜ੍ਹ ਚੂੜੀਆਂ। ਆਓ, ਅੱਛਾ ਫਤਿਹਗੜ੍ਹ ਲਾਗੇ ਹੀ ਆ ਮਤਲਬ ਇੱਥੋਂ ਫਿਰ? ਹਾਂਜੀ ਹਾਂ। ਇਹ ਲਾਂਘੇ ਪਹਿਲੀ ਵਾਰੀ ਆਏ ਹੋ? ਨਹੀਂ ਜੀ, ਅੱਗੇ ਪਹਿਲਾਂ ਵੀ ਦੋ ਤਿੰਨ ਵਾਰ ਆਏ। ਦੋ ਤਿੰਨ ਵਾਰੀ? ਇਹ ਹੁਣ ਤਾਂ ਪੂਰਾ ਕੋਰੀਡੋਰ ਖੁੱਲ੍ਹ ਗਿਆ ਹੈਗਾ, ਹੁਣ ਤੁਸੀਂ ਮੇਰੇ ਖਿਆਲ ਬਾਰਡਰ ਤੋਂ ਆਏ। ਹਾਂਜੀ, ਕੋਰੀਡੋਰ ਬਾਰੇ ਕੀ ਵਿਚਾਰ ਆ ਤੁਹਾਡੇ? ਹੈ ਤਾਂ ਵਧੀਆ ਜੀ, ਪਰ ਥੋੜ੍ਹਾ ਜਿਹਾ ਜਿਸ ਤਰ੍ਹਾਂ ਵਾ ਆਧਾਰ ਕਾਰਡ 'ਤੇ ਛੋਟ ਚਾਹੀਦੀ। ਆਧਾਰ ਕਾਰਡ 'ਤੇ ਤੁਸੀਂ ਕਹਿੰਦੇ, ਜਿਹੜਾ ਪਾਸਪੋਰਟ ਦੀ ਕੰਡੀਸ਼ਨ ਕਰਕੇ ਲੋਕ ਨਹੀਂ ਜਾ ਸਕਦੇ? ਹਾਂਜੀ, ਹਰ ਇੱਕ ਬੰਦੇ ਕੋਲ ਨਾਂ ਅਤੇ ਪਾਸਪੋਰਟ ਹੈਗਾ ਹੀ ਆ। ਹਾਂਜੀ, ਅਤੇ ਹੁਣ ਕਈ ਬਜ਼ੁਰਗ ਬੰਦੇ ਉਹ ਚਾਹੁੰਦੇ ਆ ਜਾਣਾ, ਪਰ ਉਹ ਬਣਾ ਹੀ ਨਹੀਂ ਸਕਦੇ, ਇੰਨੀਆਂ ਫਾਰਮੈਲਿਟੀਆਂ ਹੀ ਨਹੀਂ ਪੂਰੀਆਂ ਕਰ ਸਕਦੇ। ਹਾਂ ਹਾਂ, ਬਿਲਕੁਲ ਠੀਕ ਹੈ। ਹੋਰ ਕੋਈ ਸਰਕਾਰ ਨੂੰ ਕੀ ਸਲਾਹ ਦੇਣਾ ਚਾਹੁੰਦੇ? ਅਸੀਂ ਤਾਂ ਇਹੋ ਹੀ ਸਲਾਹ ਦੇਵਾਂਗੇ ਵੀ ਇਹ ਜੇ ਸਹੂਲਤ ਜਨਤਾ ਨੂੰ ਦਿੱਤੀ ਆ ਦੋਵਾਂ ਦੇਸ਼ਾਂ ਨੇ, ਤਾਂ ਹੁਣ ਇਹਨੂੰ ਆਧਾਰ ਕਾਰਡ 'ਤੇ ਖੋਲ੍ਹਣ। ਆਧਾਰ ਕਾਰਡ 'ਤੇ? ਹਾਂਜੀ, ਠੀਕ ਹੈ, ਥੈਂਕ ਯੂ। ਹਾਂਜੀ ਭਾਈ ਸਾਹਿਬ, ਤੁਹਾਡਾ ਨਾਂ ਕੀ ਆ? ਮੇਰਾ ਨਾਮ ਦਲਜੀਤ ਸਿੰਘ ਹੈ। ਕੀ ਕਰਦੇ ਹੋ ਤੁਸੀਂ ਦਲਜੀਤ ਜੀ? ਕੋਈ ਨਹੀਂ, ਖੇਤੀਬਾੜੀ ਕਰੀ। ਅੱਛਾ, ਖੇਤੀਬਾੜੀ, ਅੱਛਾ ਠੀਕ ਹੈ। ਅਤੇ ਕਿਹੜਾ ਪਿੰਡ ਸ਼ਹਿਰ ਹੈ? ਮੇਰਾ ਪਿੰਡ ਸੋਈਆਂ ਕਲਾਂ ਜੀ। ਕਿੱਥੇ ਗਿਆ ਇਹ? ਇਹ ਮਜੀਠੇ ਲੱਗੇ ਜੀ। ਅੱਛਾ, ਮਜੀਠੇ ਲੱਗ। ਪਹਿਲੀ ਵਾਰੀ ਆਏ ਹੋ ਕੋਰੀਡੋਰ? ਹਾਂਜੀ, ਮੈਂ ਤਾਂ ਪਹਿਲਾਂ ਆਇਆ, ਬਣਨ ਤੋਂ ਬਾਅਦ ਪਹਿਲੀ ਵਾਰੀ ਆਇਆ। ਬਿਲਕੁਲ, ਕਿਹੋ ਜਿਹਾ ਲੱਗਾ ਹੁਣ? ਵਧੀਆ ਲੱਗਾ ਜੀ, ਆ ਕੇ ਮਨ ਖੁਸ਼। ਕੋਰੀਡੋਰ ਬਾਰੇ ਕੀ ਕਹਿਣਾ ਚਾਹੁੰਦੇ ਹੁਣ ਜਿਹੜਾ ਖੁੱਲ੍ਹਿਆ ਇਹ ਲਾਂਘਾ? ਮਹਾਰਾਜ, ਇਹ ਇਹੋ ਕਿੰਨੇ ਆ ਵੀ ਆਧਾਰ ਕਾਰਡ 'ਤੇ ਜਾਣ ਦੇਣ। ਹਾਂਜੀ, ਤਾਂ ਵਧੀਆ ਗੱਲ ਆ, ਮਹਾਰਾਜ ਦਰਸ਼ਨਾਂ ਵਾਸਤੇ ਸੰਗਤ ਆਉਂਦੀ ਆ। ਅੱਛਾ ਅੱਛਾ, ਕਰਕੇ ਆਵੇ। ਜ਼ਿਆਦਾ ਲੋਕ ਆਧਾਰ ਕਾਰਡ ਦੀ ਡਿਮਾਂਡ ਕਰਦੇ ਹੈਗੇ। ਹਾਂਜੀ ਹਾਂਜੀ, ਬਾਕੀ ਜੀ ਬੜੀ ਵਧੀਆ ਖੁਸ਼ੀ ਵਾਲੀ ਗੱਲ ਹੈ ਜਨਤਾ ਵਾਸਤੇ। ਹਾਂ ਹਾਂ, ਇਹ ਤਾਂ ਵਾਕਿਆ ਬਹੁਤ ਖੁਸ਼ੀ ਵਾਲੀ ਗੱਲ ਹੈ, ਘਰ ਦੇ ਦਰਸ਼ਨ ਹੋਣ। ਹਾਂਜੀ, ਪਰ ਇਹ ਹੋਇਆ ਵੀ ਥੋੜ੍ਹੀ ਜਿਹੀ ਜਿਹੜੀ ਪਾਸਪੋਰਟ ਦੀ ਆਪਣੀ ਸਵੈਲਟੀ ਆ, ਇਹ ਹਟਾ ਦਿੱਤੀ ਜਾਵੇ ਆਧਾਰ ਕਾਰਡ ਦੀ। ਚਲੋ ਚਲੋ ਚਲੋ, ਬਹੁਤ ਮਿਹਰਬਾਨੀ, ਧੰਨਵਾਦ, ਧੰਨਵਾਦ। ਹਾਂਜੀ ਮੈਡਮ, ਕੀ ਨਾਂ ਤੁਹਾਡਾ? ਮੇਰਾ ਨਾਮ ਨਪਿੰਦਰ ਕੌਰ। ਕਿੱਥੋਂ ਆਏ ਹੋ? ਅਸੀਂ ਅੰਮ੍ਰਿਤਸਰ ਤੋਂ। ਅੱਛਾ ਅੱਛਾ, ਅੰਮ੍ਰਿਤਸਰ ਵੀ ਬਾਬੇ ਦੀ ਨਗਰੀ ਕੀ ਡੇਰਾ ਬਾਬਾ ਨਾਨਕ ਵੀ ਬਾਬੇ ਦੀ ਨਗਰੀ? ਪਹਿਲੀ ਵਾਰੀ ਆਏ ਹੋ ਇੱਥੇ? ਨਹੀਂ, ਪਹਿਲਾਂ ਵੀ ਹੋ ਕੇ ਗਏ ਹਾਂ। ਪਹਿਲਾਂ ਵੀ ਹੋ ਗਏ? ਖੁੱਲਣ ਤੋਂ ਬਾਅਦ ਮੇਰੇ ਖਿਆਲ ਪਹਿਲੀ ਵਾਰੀ? ਨਹੀਂ ਨਹੀਂ, ਖੁੱਲਣ ਤੋਂ ਪਹਿਲਾਂ, ਹਾਂਜੀ ਖੁੱਲਣ ਤੋਂ ਬਾਅਦ ਪਹਿਲੀ ਵਾਰੀ ਆਏ ਹਾਂ। ਅੱਛਾ, ਪਹਿਲਾਂ ਰੋਡ ਜਦੋਂ ਬਣ ਗਈ ਸੀ ਉਦੋਂ ਆਏ? ਕਿਹੋ ਜਿਹਾ ਲੱਗਾ ਹੁਣ ਲੰਘਾ?
ਬਹੁਤ ਵਧੀਆ ਲੱਗਾ ਬਹੁਤ ਵਧੀਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਏ ਹਾਂਜੀ ਹਾਂਜੀ ਪਿਛਲੀ ਵਾਰੀ ਜ਼ਿਆਦਾ ਕਲੀਅਰ ਹੋਏ ਸੀ ਇਸ ਵਾਰੀ ਥੋੜਾ ਮੌਸਮ ਨਾ ਧੁੰਦ ਵਾਲਾ ਅੱਛਾ ਹਾਂ ਤੇ ਪਰ ਦਰਸ਼ਨ ਹੋ ਰਹੇ ਆ ਦੂਰਬੀਨ ਹੈਗੀ ਕਿ ਲਾਤੀ ਨਹੀਂ ਮੇਰੇ ਖਿਆਲ ਚ ਨਹੀਂ ਅੱਜ ਨਹੀਂ ਨਜ਼ਰ ਆਈ ਪਿਛਲੀ ਵਾਰੀ ਸੀਗੀ ਅੱਛਾ ਅੱਛਾ ਹਾਂ ਜਦੋਂ ਪਿਛਲੀ ਵਾਰੀ ਆਇਆ ਸੀ ਤੇ ਹੁਣ ਤੁਸੀਂ ਜਾਓ ਫਿਰ ਤਾਂ ਕੀ ਪਾਸਪੋਰਟ ਬਣਿਆ ਕਿ ਨਹੀਂ ਪਾਸਪੋਰਟ ਬਣੇ ਆ ਹਾਂਜੀ ਫਿਰ ਕਿਹੜੀ ਸਮੱਸਿਆ ਉਹਦੀ ਆਨਲਾਈਨ ਰਜਿਸਟਰ ਕਰਾਓ ਤੇ ਜਦੋਂ ਮਰਜ਼ੀ ਜਾਓ ਸਿੱਧੇ ਬਾਬੇ ਦੇ ਦਰਸ਼ਨ ਕਰਕੇ ਆਓ ਜਾਣਾ ਹੁਣ ਅਸੀਂ ਇਹੀ ਅਰਦਾਸ ਕਰਨ ਦੇ ਆ ਕਿ ਹੁਣ ਜਲਦੀ ਤੋਂ ਜਲਦੀ ਬਾਬੇ ਜਾਓ ਸਾਨੂੰ ਕੀ ਕੰਮ ਕਰਦੇ ਤੁਸੀਂ ਮੈਂ ਹਾਊਸ ਵਾਈਫ ਆ ਅੱਛਾ ਹਾਊਸ ਵਾਈਫ ਵੈਰੀ ਗੁੱਡ ਠੀਕ ਹੈ ਹਾਂਜੀ ਮੈਡਮ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸ਼ਰਨਜੀਤ ਕੌਰ ਹੈ ਅੱਛਾ ਅੱਜ ਇੱਥੇ ਬਾਰਡਰ ਤੇ ਆਏ ਹੋ ਕੀ ਲਾਂਘੇ ਬਾਰੇ ਵਿਚਾਰ ਹੈ ਪਹਿਲਾਂ ਦੱਸੋ ਵਿਚਾਰ ਬਹੁਤ ਵਧੀਆ ਵਾ ਸਿੱਧੂ ਸਾਹਿਬ ਨੇ ਬਹੁਤ ਵਧੀਆ ਕੀਤਾ ਉਧਰੋਂ ਇਮਰਾਨ ਸਾਹਿਬ ਨੇ ਬਹੁਤ ਵਧੀਆ ਕੀਤਾ ਆ ਉਹਨਾਂ ਦੇ ਕਰਮਾਂ 'ਚ ਸੋਭਾ ਸੀ ਤੇ ਉਹਨਾਂ ਨੂੰ ਮਿਲੀ ਆ ਜਿਹਦੀ ਕਿ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਚਲੋ ਅਸੀਂ ਸਾਡੀਆਂ ਬਲੈਸਿੰਗਸ ਇਹਨਾਂ ਦੋਨਾਂ ਦੇ ਨਾਲ ਹੈ ਜਿਨ੍ਹਾਂ ਨੇ ਸਾਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਸਿੱਧਾ ਲਾਂਘਾ ਕੀਤਾ ਬਹੁਤ ਚਿਰ ਦੀਆਂ ਅਰਦਾਸਾਂ ਹੋ ਰਹੀਆਂ ਸੀ ਤੇ ਜੋ ਕਿ ਅੱਜ ਪ੍ਰਵਾਨ ਹੋਈਆਂ ਵਾ ਤੇ ਸਾਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਆ ਪਹਿਲੀ ਵਾਰੀ ਆਏ ਕੋ ਪਹਿਲਾਂ ਵੀ ਇੱਥੇ ਨਹੀਂ ਪਹਿਲਾਂ ਵੀ ਆਏ ਸਾਂ ਅਸੀਂ ਹੁਣ ਸੈਕਿੰਡ ਟਾਈਮ ਆਏ ਆ ਅੱਛਾ ਸੈਕਿੰਡ ਟਾਈਮ ਹਾਂਜੀ ਫਿਰ ਪਾਸਪੋਰਟ ਬਣਿਆ ਕਿ ਨਹੀਂ ਤੁਹਾਡਾ ਨਹੀਂ ਅਜੇ ਨਹੀਂ ਬਣਿਆ ਬਣਾਓ ਫਿਰ ਹਾਂਜੀ ਬਣਾ ਰਹੇ ਆ ਤੇ ਬਸ ਫਿਰ ਬਾਬਾ ਜੀ 2-2000 ਖਰਚ ਲੋ ਕੀ ਕਰਦੇ ਕੀ ਇਹ ਕੰਮ ਹਾਂਜੀ ਸਾਡੇ ਬੋਰ ਕਰਦੇ ਨੇ ਮਤਲਬ ਮਸ਼ੀਨਾਂ ਬਣਾਉਂਦੇ ਬੋਰ ਕਰਨ ਵਾਲੀਆਂ ਉਹਨਾਂ ਕੋਲ ਤਾਂ ਪੈਸੇ ਚੰਗੇ ਹੁੰਦੇ ਫਿਰ ਕਿਹੜੀ ਗੱਲ ਹੈ ਹਾਂਜੀ ਹਾਂਜੀ ਨਹੀਂ ਬਸ ਹਾਂਜੀ ਬਸ ਕਰ ਦੇਣਾ ਅਪਲਾਈ ਤੇ ਫਿਰ ਬਾਬਾ ਜੀ ਦੇ ਦਰਸ਼ਨ ਕਰਨ ਜਾਵਾਂਗੇ ਜੀ ਅੱਛਾ ਚਲੋ ਥੈਂਕ ਯੂ ਆਲ ਦਾ ਬੈਸਟ ਮੈਡਮ ਹਾਂਜੀ ਤੁਹਾਡਾ ਨਾਮ ਕੀ ਸਰ ਜੀ ਮੇਰਾ ਨਾਮ ਗੁਰਦਿਆਸ ਸਿੰਘ ਜੀ ਅੱਛਾ ਕੀ ਕੰਮ ਕਰ ਕਰਦੇ ਹੋ ਅਸੀਂ ਬੋਰਿੰਗ ਮਸ਼ੀਨਾਂ ਦਾ ਜੀ ਸਮਸੀ ਬਾਦ ਬੋਰਿੰਗ ਮਸ਼ੀਨਾਂ ਬਣਾਉਂਦੇ ਵਾਓ ਅੱਜ ਕੱਲ ਮੇਰੇ ਖਿਆਲ 2-250 ਫੁੱਟ ਤੇ ਪਾਣੀ ਆਉਂਦਾ ਹੈਗਾ ਨਾ ਪਾਣੀ ਬਹੁਤ ਥੱਲੇ ਜਾ ਕੇ ਹੁਣ ਪਾਣੀ ਮਤਲਬ ਕਿ ਡੂੰਗੇ ਹੋ ਗਏ ਨੇ ਬੋਰ 300-350 ਇਹ ਜਿਹੜੀਆਂ ਸਬਮਰਸੀਬਲ ਬੋਰਿੰਗ ਮਸ਼ੀਨਾਂ ਬਣਾਉਂਦੇ ਮਾਰਕੀਟਿੰਗ ਪੰਜਾਬ ਵਿੱਚ ਹੁੰਦੀ ਕਿੱਥੇ ਕਿੱਥੇ ਹੁੰਦੀ ਹਾਂਜੀ ਪੰਜਾਬ ਵਿੱਚ ਹੀ ਹੈ ਜੀ ਮਤਲਬ ਕਿ ਬਾਹਰ ਵੀ ਜਾਂਦੀ ਹੈ ਯੂਪੀ ਬਿਹਾਰ ਹਰ ਜਗ੍ਹਾ ਜਾਂਦੀ ਹੈ ਉਧਰ ਜਾਂਦੇ ਅੱਛਾ ਲਾਂਘੇ ਬਾਰੇ ਹੁਣ ਤੁਸੀਂ ਬਾਰਡਰ ਤੇ ਆਏ ਹੋ ਕੀ ਵਿਚਾਰ ਹੈ ਤੁਹਾਡਾ ਲਾਂਘੇ ਬਾਰੇ ਵਧੀਆ ਮਤਲਬ ਕਿ ਲੱਗਿਆ ਮਤਲਬ ਕਿ ਦੇਖ ਕੇ ਮਤਲਬ ਕਿ ਜੋ ਵੀ ਇੱਥੋਂ ਦਾ ਅੱਛਾ ਹਾਂਜੀ ਬਹੁਤ ਵਧੀਆ ਬਣਿਆ ਵਾ ਬਾਕੀ ਚਲੋ ਪਾਸਪੋਰਟ ਸਾਡਾ ਤਾਂ ਹੈ ਹੀਗਾ ਹੁਣ ਬੱਚਿਆਂ ਦਾ ਬਣਾਵਾਂਗੇ ਫਿਰ ਸਾਰੀ ਫੈਮਿਲੀ ਨਾਲ ਜਾਵਾਂਗੇ ਅੱਜ ਕੱਲ ਮੰਨ ਲਓ ਕਿਸੇ ਛੋਟੇ ਬੱਚੇ ਨੇ ਵੀ ਹੈ ਨਾ 18 ਸਾਲ ਤੋਂ ਕਿਸੇ ਨੇ ਇੰਗਲੈਂਡ ਕੈਨੇਡਾ ਅਮਰੀਕਾ ਜਾਣਾ ਹਾਂਜੀ ਹਾਂਜੀ ਅੱਗੇ ਤਾਂ ਫੈਮਿਲੀ ਸਮੇਤ ਅੱਜ ਕੱਲ ਉਹਨਾਂ ਬੱਚਿਆਂ ਨੂੰ ਵੀ ਇੰਡੀਵਿਜੂਅਲ ਪਾਸਪੋਰਟ ਤੇ ਐਂਟਰੀ ਮਿਲਦੀ ਹੈ ਬੱਚਿਆਂ ਦੇ ਪਾਸਪੋਰਟ ਦਾ ਇਹ ਪੁੱਛਣ ਆਇਆ ਮਤਲਬ ਕਿ ਹਾਂਜੀ ਚਲੋ ਮੋਰ ਵਗੈਰਾ ਕਿਸ ਤਰ੍ਹਾਂ ਮਤਲਬ ਕਿ ਨਹੀਂ ਮੈਂ ਬੜੇ ਇੱਥੇ ਸ਼ਰਧਾਲੂਆਂ ਦਾ ਇੰਟਰਵਿਊ ਕੀਤਾ ਹੈਗਾ ਇਹ ਮੈਂ ਤੁਹਾਨੂੰ 110% ਬਲਕਿ 200% ਗਰੰਟੀ ਨਾਲ ਕਹਿਣਾ ਹੈਗਾ ਪਾਸਪੋਰਟ ਤੇ ਮੋਹਰ ਨਹੀਂ ਲੱਗਦੀ ਦਰਸ਼ਕੋ ਮੈਂ ਤੁਹਾਨੂੰ ਇਹਨਾਂ ਰਾਹੀਂ ਵੀ ਦੱਸਦਾ ਅਦਰਵਾਈਜ਼ ਜੇ ਇੱਥੇ ਮੈਂ ਘੱਟੋ ਘੱਟ 500 ਸ਼ਰਧਾਲੂਆਂ ਦਾ ਇੰਟਰਵਿਊ ਕਰ ਚੁੱਕਾ ਹੈਗਾ ਉਹਨਾਂ ਤੋਂ ਇਹੋ ਹੀ ਬਹੁਤ ਸਾਰੇ ਸਾਡੇ ਪੰਜਾਬੀ ਜਿਹੜੇ ਵੀਰ ਭੈਣ ਉਹ ਡਰਦੇ ਹੈਗੇ ਆ ਪਾਸਪੋਰਟ ਸਿਰਫ ਆਈਡੈਂਟੀਫਿਕੇਸ਼ਨ ਲਈ ਆ ਬਾਕੀ ਉਹਦੀ ਕਿਤੇ ਕੋਈ ਮੋਹਰ ਨਹੀਂ ਲੱਗਣੀ ਜਿਸ ਕਰਕੇ ਪਤਾ ਲੱਗ ਗਿਆ ਮਤਲਬ ਕਿ ਵੀ ਮੋਹਰ ਨਹੀਂ ਲੱਗਦੀ ਸਿਰਫ ਉਹਦੀ ਪਾਸਪੋਰਟ ਦੀ ਜਿਹੜੀ ਇੱਕ ਨੰਬਰ ਆ ਉਹ ਲੈਂਦੇ ਨੇ ਤੇ ਬਾਕੀ ਆਧਾਰ ਕਾਰਡ ਉਹ ਮਤਲਬ ਬਤੌਰ ਆਈਡੈਂਟੀ ਕਾਰਡ ਉਹ ਯੂਜ਼ ਹੋਣਾ ਇੱਥੋਂ ਉਹ ਤੋਂ ਬਾਅਦ ਜਦੋਂ ਤੁਸੀਂ ਪਾਕਿਸਤਾਨ ਵਾਲੀ ਸਾਈਡ ਚਲ ਗਏ ਉੱਥੇ ਆਈਡੈਂਟੀ ਇੱਕ ਵਾਰੀ ਦੱਸ ਦਿੱਤੀ ਉਹਦੇ ਪਾਸਪੋਰਟ ਦਾ ਕੋਈ ਚੱਕਰ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਆਲ ਦਾ ਬੈਸਟ ਥੈਂਕ ਯੂ ਹਾਂਜੀ ਬਾਪੂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਰਿੰਦਰ ਸਿੰਘ ਲੰਬੜਦਾਰ ਮਾਲੀਆ ਤੋਂ ਆਏ ਆ ਅਸੀਂ ਸੁਰਿੰਦਰ ਸਿੰਘ ਲੰਬੜਦਾਰ ਹਾਂਜੀ ਕਿੱਥੋਂ ਆਏ ਹੋ ਮਾਲੀਏ ਤੋਂ ਕਾਦੀਆਂ ਲਾਗੋ ਅੱਛਾ 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 ਲੰਬੜਦਾਰ ਕੋਲ ਤਾਂ ਬੜੀ ਪਾਵਰ ਹੁੰਦੀ ਅੱਜ ਕੱਲ ਵੀ ਨਾਮ ਦੀ ਪਾਵਰ ਚਾਹੀਦੀ ਕਿੰਨੇ ਕੁ ਲੋਕੀ ਸਲੂਟਾਂ ਮਾਰਦੇ ਸਾਨੂੰ ਸਤਿਗੁਰ ਦੀ ਕਿਰਪਾ ਚਾਹੀਦੀ ਉਹ ਲੰਬੜਦਾਰ ਜਿਹੜੇ ਠੱਗੀਆਂ ਮਾਰਦੇ ਨੇ ਜਿਹੜੇ ਬਦਦੁਆਵਾਂ ਲੈਂਦੇ ਨੇ ਮਾਲਕ ਮੇਰੇ ਨੇ ਪਿਤਾ ਦਾਦੇ ਪੜਦਾਦੇ ਤੁਰ ਕੇ ਆਈ ਇਹ ਕੰਮ ਤੋਂ ਬਚਤ ਹੈ ਓ ਵੈਰੀ ਗੁੱਡ ਅੱਛਾ 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 ਤੁਸੀਂ ਲੋਕਾਂ ਨੂੰ ਤੰਗ ਨਹੀਂ ਕਰਦੇ ਕੋਈ ਆਪਣੇ ਜੈਨੂਨ ਵੇ ਨਾ ਉਹਨਾਂ ਦੇ ਕੰਮ ਕਰ ਤੇ ਲੋੜਵੰਦ ਧੀਆਂ ਨੂੰ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਨੇ ਕੋਈ ਜਾਤ ਪਾਤ ਨਹੀਂ ਲੋੜਵੰਦ ਨੂੰ ਕੱਪੜਾ ਵੀ ਦਿੱਤਾ ਜਾਂਦਾ ਅੱਛਾ ਅੱਛਾ ਵੈਰੀ ਗੁੱਡ ਵੈਰੀ ਗੁੱਡ ਇਹ ਤੇ ਅੱਜ ਦਰਸ਼ਨ ਦਦਾਰ ਕਰਨਾ ਪਰਿਵਾਰ ਅੱਗੇ ਕਰ ਗਿਆ ਸੀ ਤੇ ਮੈਂ ਅੱਜ ਇਹੋ ਦਰਸ਼ਨ ਦਦਾਰ ਕਰਨ ਆਇਆ ਹਾਂ ਮੇਰੇ ਭਾਗ ਦੇ ਅੱਗੇ ਮੇਰੀ ਨੂੰਹ ਆਈ ਨਾਲ ਅੱਛਾ ਉਹ ਵੀ ਕਰਕੇ ਗਏ ਆ ਪੋਤਰੀ ਵੀ ਆਏ ਹਨ ਸਾਰੇ ਕਰਕੇ ਚੱਲੇ ਆ ਬੜਾ ਮਨ ਖੁਸ਼ ਹੋਇਆ ਸਤਿਗੁਰ ਨੇ ਕਿਰਪਾ ਕੀਤੀ ਇਸ ਉੱਤੇ ਸਾਡੇ ਭਾਗ ਨਿਮਾਣਿਆਂ ਦੇ ਜਾ ਕੇ ਨੇ ਬਹੁਤ ਅੱਛੀ ਦਰਸ਼ਨ ਕਰਕੇ ਆਵਾਂਗੇ ਵੀ ਜ਼ਰੂਰ ਬਹੁਤ ਅੱਛੀ ਗੱਲ ਹਾਂਜੀ ਤੇ ਪਾਸਪੋਰਟ ਬਣਿਆ ਬਾਬਾ ਬਣਿਆ ਸਭ ਕੁਝ ਬਣਿਆ ਫਿਰ ਕਿਹੜੀ ਗੱਲ ਰਜਿਸਟਰ ਕਰਾਓ ਤੇ ਉੱਧਰ ਜਾਓ ਪਾਕਿਸਤਾਨ ਜਾਣਾ ਆ ਥੋੜਾ ਜਿਹਾ ਠੰਡ ਦਾ ਮੌਸਮ ਲੰਘ ਕੇ ਨਾ ਇਹਦੇ ਦਰਦੇ ਜਰਾ ਤੁਰਨ ਦੇ ਮੁਸ਼ਕਲ ਹੋ ਜਾਂਦੀ ਹੈ ਇੱਥੋਂ ਅੱਛਾ ਅੱਛਾ ਹਾਂਜੀ ਹੋਰ ਨਹੀਂ ਇੱਥੇ ਜਿਵੇਂ ਲੰਘਣਾ ਉਹ ਗੱਡੀਆਂ ਨੇ ਲੈ ਜਾਣਾ ਪਾਕਿਸਤਾਨ ਵਾਲੀਆਂ ਨੇ ਕੋਈ ਪ੍ਰੋਬਲਮ ਨਹੀਂ ਜ਼ਰੂਰ ਜੀ ਜਾਵਾਂਗੇ ਨਾਲੇ ਪਾਕਿਸਤਾਨ ਨੂੰ ਵੀ ਪਤਾ ਲੱਗੋ ਇੰਡੀਆ ਦਾ ਲੰਬੜਦਾਰ ਆਇਆ ਹੈਗਾ ਨਾ ਜੀ ਉਹ ਸਾਡਾ ਜ਼ਿਲ੍ਹਾ ਸਿਆਲਕੋਟ ਜਦੋਂ ਪਾਕਿਸਤਾਨ ਨੂੰ ਆਏ ਆ ਨਾ ਅੱਛਾ 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 ਉਧਰੋਂ ਮਾਈਗ੍ਰੇਟ ਕੀਤਾ ਸੀ ਹਾਂਜੀ ਹਾਂਜੀ ਕਿੰਨੀ ਕੀ ਉਮਰ ਸੀ ਉਸ ਵੇਲੇ ਜਦੋਂ ਆਏ 1 ਸਾਲ ਦਾ ਹਾਂ ਓ ਅੱਛਾ ਅੱਛਾ ਪੇਰੈਂਟਸ ਉਧਰ ਸੀ ਹੈ ਹਾਂਜੀ
ਮੁੜ ਕੇ ਨਹੀਂ ਉਹਨਾਂ ਲੋਕਾਂ ਨਾਲ ਕੋਈ ਕੰਟੈਕਟ ਹੋਇਆ? ਨਹੀਂ, ਇੱਥੇ ਕਾਦੀ ਆਉਂਦੇ ਆ, ਜਲਸੇ ਤੇ ਆਉਂਦੇ ਆ ਨਾ। ਅੱਛਾ, ਤੇ ਉਹ ਆਪਣਾ ਵਿਚਾਰੇ ਸਾਨੂੰ ਮਿਲਣ ਜਾਂਦੇ ਨੇ, ਅਸੀਂ ਨਹੀਂ ਗਏ। ਹੁਣ ਜਾਓ ਫਿਰ ਆਪਣੇ ਪਿੰਡ। ਕਿਹੜਾ ਕਿਹੜਾ ਪਿੰਡ ਆ ਵੈਸੇ ਯਾਰ? ਜਾਦਾ ਕੋਈ ਪਿੰਡ ਦੱਸ ਦੇਣਾ, ਚਾਂਗਰੀਆਂ ਅਸੀਂ ਜ਼ਿਲ੍ਹਾ ਸਿਆਲਕੋਟ ਤਹਿਸੀਲ ਪਸਰੂਰ ਚ। ਅੱਛਾ, ਉੱਥੇ ਜਾਓ, ਬੜੇ ਲੋਕੀ ਤੁਹਾਨੂੰ ਇੱਜ਼ਤ ਮਾਨ ਦੇਣਗੇ। ਜਾਈਦਾ ਨਾ, ਡਰਦਾ ਮੋਹਰ ਉਧਰੋਂ ਹੀ ਲੱਗਦੇ ਲੱਗਦੀ ਹੈ ਨਾ ਉੱਤੇ। ਨਹੀਂ, ਮੋਹਰ ਨਹੀਂ ਲੱਗਦੀ ਇਹ। ਮੈਂ ਬਾਪੂ ਜੀ ਹੁਣੇ ਤੁਹਾਨੂੰ ਫਿਰ ਕਲੀਅਰ ਕਰ ਦਿੱਤਾ, ਮੋਹਰ ਪਾਸਪੋਰਟ ਤੇ ਬਿਲਕੁਲ ਨਹੀਂ ਲੱਗਦੀ। ਇਸ ਗੱਲੋਂ ਨਾ ਘਬਰਾਓ, ਪਾਸਪੋਰਟ ਸਿਰਫ ਆਈਡੈਂਟੀਫਿਕੇਸ਼ਨ ਲਈ ਆ। ਨਹੀਂ, ਇੱਥੋਂ ਦਾ ਤਾਂ ਨਹੀਂ, ਇੱਥੋਂ ਦਾ ਇੱਥੋਂ ਦਾ, ਜਿਹੜਾ ਬਾਹਰ ਜਾਈਏ ਨਾ ਦੂਜੇ ਵਾਗੇ ਥਾਈ, ਉੱਥੇ ਲੱਗਦੀ ਹੈ। ਵਾਗੇ ਤਾਈ ਤਾਂ ਲੱਗਣੀ ਹੈਗੀ ਆ, ਪਰ ਇੱਥੋਂ ਜਿਹੜਾ ਜਾਣਾ ਹੈਗਾ, ਇੱਥੇ ਇੱਥੋਂ ਤੱਕ ਹੀ ਦੱਸਦੇ ਨੇ। ਮੋਹਰ ਲੱਗ ਜਾ ਕੇ ਫਿਰ ਕਿਹੜੀ ਗੱਲ ਹੈ? ਤੁਸੀਂ ਲੀਗਲ ਤਰੀਕੇ ਨਾਲ ਜਾਣਾ, ਤੁਹਾਨੂੰ ਕਿਹੜੀ ਡਰਨ ਦੀ ਲੋੜ ਹੈ? ਨਹੀਂ, ਬਾਅਦ ਵਿੱਚ ਪਾਕਿਸਤਾਨ ਹੋਰ ਦੇਸ਼ਾਂ ਜਾਣਾ ਪੈਂਦਾ। ਨਾ ਨਾ, ਜਿੱਥੇ ਮਰਜ਼ੀ ਜਾਓ, ਇਹ ਐਵੇਂ ਗਲਤ ਫਹਿਮੀ ਆ। ਚਲੋ, ਸਤਿਗੁਰੂ ਨੂੰ ਜੇ ਮਾਲਕ ਦਾ ਦਾਣਾ ਪਾਣੀ ਹੋਇਆ ਤੇ ਜ਼ਰੂਰ ਚੱਲਾਂਗੇ। ਤੁਸੀਂ ਵਾਗੇ ਤਾਈ ਵੀ ਜਾਓ, ਜਿੱਥੇ ਮਰਜ਼ੀ ਜਾਓ, ਪੂਰਾ ਵਰਲਡ ਘੁਮੋ, ਕਮਾਓ, ਮौज ਕਰੋ। ਪਾਣੀ ਪਿਤਾ, ਜੇ ਪਾਣੀ ਮਾਲਕ ਨੇ ਕੀਤਾ ਨਾ ਤੇ ਜ਼ਰੂਰ ਪਹੁੰਚਾਏਗਾ। ਅੱਛਾ, ਚਲੋ, ਆਲ ਦਾ ਬੈਸਟ ਬਾਪੂ ਜੀ, ਬਹੁਤ ਅੱਛਾ ਲੱਗਿਆ। ਹਾਂਜੀ ਸਰ ਜੀ, ਤੁਹਾਡਾ ਨਾਂ ਕੀ ਹੈ? ਨਰਿੰਦਰ ਸਿੰਘ, ਪਿੰਡ ਦੇਹਲ। ਇਹ ਕਿੱਥੇ ਗਿਆ? ਇਹ ਆ ਨਾਲ ਹੀ ਕੋਲੀ ਸੂਤ ਮੱਲੀ ਦੇ ਕਲਾਨੌਰ ਵੀ ਪੈ ਜਾਂਦਾ ਲੱਗੇ। ਕਲਾਨੌਰ ਲੱਗੇ ਹੀ ਆ ਫਿਰ? ਹਾਂਜੀ। ਲਾਂਗੇ ਬਾਰੇ ਕੀ ਕਹਿਣਾ ਦਾ? ਕਿੰਨਾ ਲਾਂਗੇ ਬਾਰੇ? ਠੀਕ ਹੈ ਜੀ, ਜੋ ਕੰਮ ਹੈ ਵਧੀਆ ਹੋਇਆ ਵਾ, ਜੋ ਅਸੀਂ ਖੁਸ਼ ਆ ਇਹਦੇ ਵਿੱਚ, ਰੌਣਕਾਂ ਵਧੀਆ ਨੇ ਇੱਧਰ ਨੂੰ, ਰੌਣਕ ਮੇਲਾ ਪੂਰਾ ਲੱਗਿਆ। ਕਿੰਨੇ ਕੁ ਲੋਕ ਦਿਨ 'ਚ ਆਉਂਦੇ ਆ ਦਸ ਦਿਨ? ਦਿਨ ਦੇ ਵਿੱਚ ਸਾਡੇ ਹਿਸਾਬ ਨਾਲ, ਮੇਰੇ ਹਿਸਾਬ ਨਾਲ ਹੋਣਾ 4-5 ਹਜ਼ਾਰ। 4-5 ਹਜ਼ਾਰ ਡੇਲੀ ਲਗਭਗ ਆ ਜਾਂਦੇ ਇੱਥੇ? ਹੁਣ ਕੋਈ ਘੱਟ ਆ, ਜਾਪ ਦਾ ਟਾਈਮ ਹੁਣ ਜ਼ਿਆਦਾ ਹੋ ਗਿਆ ਵਾ। ਹਾਂ, ਸ਼ਾਮ ਦਾ ਟਾਈਮ ਹੋ ਗਿਆ। ਕੀ ਕੰਮ ਕਰਦੇ ਹੋ? ਖੇਤੀ ਦਾ ਜੀ। ਖੇਤੀ ਤੇ ਤੁਸੀਂ ਪਾਸਪੋਰਟ ਬਣਿਆ ਕਿ ਨਹੀਂ? ਬਣਿਆ ਬਣਿਆ। ਤੇ ਫਿਰ ਰਜਿਸਟਰ ਕਰਾਓ ਤੇ ਜਾਓ। ਬਣਿਆ ਹੁਣ ਕੰਮ, ਇਹਦੇ ਕੋਈ ਹੁਣ ਪੈਸੇ ਪੂਸੇ ਹੋਣੇ ਚਾਹੁੰਦੇ ਤੇ ਮਿਲਦੇ ਆ, ਤੇ ਫਿਰ ਹੁਣ ਜਿੰਨੀਆਂ ਮਰਜ਼ੀ ਉਹ ਬਾਜ਼ਾਰ ਮੈਂ ਦੇਖਿਆ ਸੀ, ਬਹੁਤ ਸੋਹਣਾ ਲੱਗਾ। ਠੀਕ ਹੈ ਬਾਪੂ ਜੀ, ਮਿਹਰਬਾਨੀ।